हाँ जी दोस्तों, की हाल चाल है? आस करदा हां तुसीं ठीक ठाक होवोगे। अज गल करांगे वलॉगरां दी, वलॉगरां दे की नुकसान ते की फायदे ते। सब तो पहले एपीसोड दे विच अज गल करांगे, एक वलॉगर ने पंजाब दी धरती ते जिहड़े पिछे जे अमरीका भी गए ते रस्ते दे विच जाके उन्होंने वलॉग भी बनाए। कदे वो केलिआं वाली रेहड़ी ते खड़ के कहिंदे ने कि केले मैनूं बहुत पसंद ने। कदे पहाड़ां वल चढ़ जांदे ने ते कदे उतर जांदे ने, कदे खच्चरां दे उत्ते चढ़ जांदे कदे उतर जांदे आ, कदे शराब दे ठेकियां वाले पासे वड़ जांदे, कदे जहाज़ दे विच लाइव हो जांदे आ। सो मैं गल कर रहा जी रणजीत सिंह ददरियां, माफ करना ढडरियां वालियां दी। ये नवें वलॉगर ने जो मार्केट दे विच आए आ। ये वैसे तो ये मतलब कि पुराने इंसान जड़े ने, शख्स ने, क्योंकि ये कदे संत बन जाते हैं, कदे भाई बन जाते हैं, कदे अपग्रेड, कदी कहते हाँ मैं हूँ वलॉगर, हाँ मेरा तो मन जदा करेगा मैं उ करा। सो इतों तक ज़्यादा हंकार जड़ा इन्हों सिर चढ़ चुकया। तो ये कहते हैं कि लोग पागल ने, लोगों जिन्ना मर्जी पागल बनाई जाओ तो लोग तो मेरे मगर ही आ। वाकई जड़े ने ददरी, माफ करना फिर ददरिया वाले निकल जाता, जिहड़े ढड्डरियां वाले ने, जिहड़े उन्हां दे पिछे लगे हुए लोग ने, वह अपग्रेड नहीं, शायद वह ये समझ रहे हैं कि ढड्डरियां वाला जिहड़ा उन्हां नूं अपग्रेड कर रहा है, अपग्रेड सिखी वाले पासे नूं लैके जा रहा है। पर मैं एक गल कहना कि वह दिमागी पद्धर ते बहुत कमजोर ने जिहड़े लोग इस कार्टून बिरती वाले बंदे दे पिछे लगे हुए ने। कार्टून जिहा लगता है तुरिया फिरदा, हुण देखिया ना किवें रंग बिरंगे जे कपड़े, ये टिचरां करदा सीगा पहला पहला ना, टिचरां करदा हुंदा सी, लै साध ऐ साध औ। अज अज किहड़े लक्षण ने इहदे जिहड़े ये साधां तों वक्खरे ने। आ पिछे जे सनातनियां दे नाल खड़िआं दी भी फोटो आ गई, जिहड़ी गल दी इह करदा हुंदा सी चर्चा के इह जी इदां जी ਉਦਾਂ ਜੀ ਸਿੱਖੀ ਐਂ ਜੀ ਅਤੇ ਇਹ ਕਿੱਧਰ ਜਾਂਦੇ ਨੇ, ਸਨਾਤਨੀ ਨੇ ਉਹ ਨੇ, ਇਹਦੀ ਆ ਗਈ। ਇਹਦੇ ਬੂਟਾਂ ਨਾਲ ਦੇਖੋ ਤਾਂ ਕਹਿੰਦੇ ਕਿ $8,000 ਦੇ ਬੂਟ ਨੇ ਜੋ ਇੰਡੀਅਨ ਕਰੰਸੀ ਦੇ ਵਿੱਚ 80,000 ਦੇ ਬਣਦੇ ਨੇ। ਬਲੈਂਸੀਆਗਾ ਜਾਂ ਫਿਰ ਹੋਰ ਇੱਦਾਂ ਦੇ ਸ਼ੂ ਇਹ ਪਾਉਂਦਾ, ਕਿਉਂਕਿ ਕੋਈ ਵੱਖ ਨਹੀਂ ਹੈ। ਬਲੌਗਰ ਜਿਹੜੇ ਨੇ ਨਾ, ਉਹਨਾਂ ਨੂੰ ਯੂਟਿਊਬ ਤੋਂ ਫੇਸਬੁੱਕ ਤੋਂ ਪੈਸਾ ਆਉਂਦਾ, ਅਤੇ ਉਹ ਵੀ ਇਹੀ ਲੱਛਣ ਕਰਦੇ ਨੇ ਜੋ ਢੱਡਰੀਆਂ ਵਾਲਾ ਕਰ ਰਿਹਾ, ਕੋਈ ਵੱਖਰਾ ਨਹੀਂ ਹੈ। ਇੱਕ ਸਪਿਰਚੁਐਲਿਟੀ ਹੁੰਦੀ ਹੈ, ਇੱਕ ਨਾ ਗੱਲ ਹੁੰਦੀ ਹੈ ਕਿ ਵਾਕਈ ਕੌਮ ਦਾ ਪ੍ਰਚਾਰਕ ਹੈ। ਤੁਸੀਂ ਆਪਣੇ ਦਿਲ 'ਤੇ ਹੱਥ ਰੱਖ ਕੇ ਇਹ ਸਮਝਿਓ ਅਤੇ ਸੋਚਿਓ ਅਤੇ ਦੱਸਿਓ ਕਿ ਹੁਣ ਤੁਹਾਨੂੰ ਢੱਡਰੀਆਂ ਵਾਲੇ ਦੇ ਵਿੱਚੋਂ, ਵਲੌਗਰ ਦੇ ਵਿੱਚੋਂ ਫੀਲਿੰਗ ਆਉਂਦੀ ਹੈ ਜਿਹੜੀ ਪਹਿਲਾਂ ਆਉਂਦੀ ਹੁੰਦੀ ਸੀ? ਨਹੀਂ, ਪਹਿਲਾਂ ਠੀਕ ਹੈ, ਆਪਾਂ ਇਹ ਵੀ ਨਹੀਂ ਕਹਿੰਦੇ ਕਿ ਢੱਡਰੀਆਂ ਵਾਲਾ ਪਹਿਲਾਂ ਗਲਤ ਸੀ ਜਾਂ ਹੁਣ ਸਹੀ ਹੈ ਜਾਂ ਉਦੋਂ ਸਹੀ ਸੀ ਹੁਣ ਗਲਤ ਹੈ, ਇਹ ਗੱਲ ਹੀ ਨਹੀਂ ਹੈ। ਕਰੈਕਟਰ ਜਿਹੜਾ ਬੰਦੇ ਦਾ ਬਦਲਦਾ ਰਹਿੰਦਾ, ਉਹ ਬੰਦਾ ਹੀ ਨਹੀਂ ਹੈ। ਪਹਿਲੀ ਗੱਲ ਤਾਂ ਕਦੇ ਭਾਈ, ਕਦੇ ਸੰਤ, ਕਦੇ ਵਲੌਗਰ, ਕਦੇ ਕੁਛ, ਹੁਣ ਪਤਾ ਨਹੀਂ ਹੋਰ ਕਿਹੜੀ ਕਿਹੜੀ ਪਦਵੀ ਇਹਨਾਂ ਨੇ ਲੈਣੀ ਹੈ, ਕਿਉਂਕਿ ਇਹਨਾਂ ਦਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਹੋਰ ਬਹੁਤ ਕੁਛ ਦੱਸਣ ਜਾ ਰਿਹਾ। ਅੱਜ ਮੈਂ ਤੁਹਾਨੂੰ ਦੱਸਦਾ ਹਾਂ ਕਿ ਇਹ ਜਿਹੜੇ ਨੇ ਨਾ, ਇਹ ਢੱਡਰੀਆਂ ਵਾਲੇ ਜਿਹੜੇ ਨੇ, ਇਹ ਕਿਵੇਂ, ਇਹਨਾਂ ਦੀ ਵੀਡੀਓ ਹੈ, ਇੱਕ ਮੈਂ ਕਲਿੱਪ ਚਲਾਉਣਾ ਨਹੀਂ ਕਿਉਂਕਿ ਇਹਨਾਂ ਨੂੰ ਕਾਪੀਰਾਈਟ ਮਾਰਨ ਦੀ ਆਦਤ ਹੈ, ਕਿਉਂਕਿ ਇਹ ਔਨਲਾਈਨ ਬਾਬੇ ਨੇ ਨਾ, ਇਹ ਕਾਪੀਰਾਈਟ ਮਾਰ ਦਿੰਦੇ ਆ। ਸੋ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ, ਮੈਂ ਇੱਕ ਦੀਵਾਨ ਇਹਨਾਂ ਦਾ ਇੱਕ ਕਲਿੱਪ ਸੁਣਿਆ, ਦੀਵਾਨ ਤਾਂ ਕਹਿਣ ਨੂੰ ਹੀ ਹੈ, ਚਲੋ ਇੱਕ ਕਲਿੱਪ ਸੁਣਿਆ ਮੈਂ ਇਹਨਾਂ ਦਾ, ਉਹਦੇ ਵਿੱਚ ਇਹ ਸਮਲਿੰਗੀ ਲੋਕ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ। ਯਾਨੀ ਕਿ ਅੱਜ ਜੋ ਚੱਲਿਆ ਹੋਇਆ ਨਾ ਲੈਸਬੀਅਨ, ਗੇ, ਐਲ ਜੀ ਬੀ ਟੀ, ਉਹਨੂੰ ਪ੍ਰਮੋਟ ਕਰ ਰਹੇ ਨੇ ਢੱਡਰੀਆਂ ਵਾਲੇ, ਕਹਿ ਕੇ ਕਿ ਕੁਦਰਤੀ ਹੈ, ਇਹ ਕੁਦਰਤੀ ਆ। ਅੱਜ ਮੈਂ ਤੁਹਾਨੂੰ ਕਿੱਥੇ ਮੈਂ ਰਿਲੇਟ ਕਰੂੰਗਾ ਦੋਸਤੋ, ਜੇਕਰ ਬਹੁਤ ਸਮਝ ਦੇ ਨਾਲ ਤੁਸੀਂ ਆਹ ਗੱਲ ਨੂੰ, ਮੇਰੀ ਪੁਆਇੰਟ ਨੂੰ ਨੋਟ ਕਰ ਲਿਓ ਤਾਂ ਫਿਰ ਤੁਸੀਂ ਸਮਝ ਜਾਓਗੇ ਕਿੱਧਰ ਨੂੰ ਗੇਮ ਕਿੱਧਰ ਨੂੰ ਜਾ ਰਹੀ ਹੈ। ਅੱਜ ਨਿਊ ਵਰਲਡ ਆਰਡਰ ਦਾ ਏਜੰਡਾ ਜਿਹੜਾ ਹੈ ਨਾ, ਉਹ ਲੋਕਾਂ ਨੂੰ ਗੇ ਅਤੇ ਲੈਸਬੀਅਨ ਬਣਾਉਣਾ ਹੀ ਹੈ, ਮੁੰਡਿਆਂ ਨੂੰ, ਕੁੜੀਆਂ ਨੂੰ ਗੇ, ਲੈਸਬੀਅਨ, ਐਲ ਜੀ ਬੀ ਟੀ ਕਿਊ, ਇਹ ਤੁਸੀਂ ਇਹਦੇ ਬਾਰੇ ਪੜ੍ਹਿਓ, ਸਰਚ ਕਰਿਓ ਜ਼ਰਾ। ਜਿਹੜਾ ਡੀਪਾਪੂਲੇਸ਼ਨ ਦਾ ਏਜੰਡਾ ਚਲਾਇਆ ਜਾ ਰਿਹਾ ਨਾ, ਜਿਹਨੂੰ ਇਲੂਮੀਨਾਟੀ ਕਿਹਾ ਜਾਂਦਾ, ਜਿਹਨੂੰ ਕਿਹਾ ਜਾਂਦਾ ਨਾ ਕਿ ਇੱਕ ਪਰਿਵਾਰ ਸਾਰੀ ਦੁਨੀਆ ਨੂੰ ਚਲਾ ਰਿਹਾ, ਉਹਦੇ ਥੱਲੇ ਸ਼ਾਖਾਵਾਂ ਨੇ, ਅਤੇ ਉਹਦੇ ਵਿੱਚ ਇਹ ਚੀਜ਼ਾਂ ਹੈਗੀਆਂ ਕਿ ਇੱਕ ਤਰੀਕੇ ਦੇ ਨਾਲ ਕਿਵੇਂ ਡੀਪਾਪੂਲੇਸ਼ਨ ਕਰਨੀ ਹੈ, 7 ਅਰਬ ਦੀ ਆਬਾਦੀ ਨੂੰ ਕਿਵੇਂ 4.5 ਕਰਨਾ ਹੈ ਜਾਂ 4 ਕਰਨਾ, 4 ਅਰਬ ਕਰਨਾ, ਅਤੇ ਕਿਵੇਂ ਲੋਕਾਂ ਦੇ ਵਿੱਚ ਬੱਚੇ ਜੰਮਣ ਦੀ ਜਿਹੜੀ ਇੱਕ ਤਾਕਤ ਹੈ, ਸ਼ਕਤੀ ਹੈ, ਉਹਨੂੰ ਘਟਾਉਣਾ, ਉਹਨੂੰ ਕੀ ਕਹਿੰਦੇ ਹੁੰਦੇ ਆ, ਉਹਨੂੰ ਡਿਵਾਈਡ ਕਰਨਾ, ਉਹਨਾਂ ਦੀ ਸੋਚ ਨੂੰ, ਉਹਨਾਂ ਦੀ ਸਮਝ ਨੂੰ, ਉਹਨਾਂ ਨੂੰ ਵੰਡ ਦੇਣਾ ਕਿ ਉਹ ਗੇ ਬਣ ਜਾਣ, ਕੁੜੀਆਂ ਕੁੜੀਆਂ ਨਾਲ ਰਿਹਾ ਕਰਨ, ਮੁੰਡੇ ਮੁੰਡਿਆਂ ਨਾਲ ਰਿਹਾ ਕਰਨ। ਤੁਸੀਂ ਇਹ ਗੱਲ ਨੋਟ ਕਰਿਓ ਕਿ ਅੱਜ ਤੋਂ 5 ਸਾਲ ਪਹਿਲਾਂ ਉਹ ਚੀਜ਼ਾਂ ਨਹੀਂ ਸੀ ਤੁਹਾਡੇ ਆਲੇ ਦੁਆਲੇ, ਜਿਹੜੀਆਂ ਅੱਜ ਤੁਹਾਨੂੰ ਵੱਖਰੇ ਜਿਹੇ ਲੋਕ ਦੇਖਦੇ ਨੇ, ਉਹ ਨਹੀਂ ਸੀਗੇ ਇੰਨੇ।
ਤੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਮੋਟ ਕਰਨ ਦੇ ਵਿੱਚ ਜਿਹੜੀਆਂ ਵੱਡੀਆਂ ਸੰਸਥਾਵਾਂ ਕੰਮ ਕਰ ਰਹੀਆਂ ਠੀਕ ਹੈ ਜੀ। ਲੋਕਾਂ ਦੇ ਵਿੱਚ ਮੁੰਡਿਆਂ ਨੂੰ ਗੇ ਬਣਾਉਣ ਦੇ ਵਿੱਚ, ਕੁੜੀਆਂ ਨੂੰ ਲੈਸਬੀਅਨ ਬਣਾਉਣ ਦੇ ਵਿੱਚ ਵੱਡੀਆਂ ਸੰਸਥਾਵਾਂ ਕੰਮ ਕਰ ਰਹੀਆਂ ਵਰਲਡ ਦੀਆਂ, ਜਿਹਦੇ ਵਿੱਚ ਸਿਨੇਮਾ ਵੀ ਆ ਜਾਂਦਾ ਹੈ, OTT ਪਲੇਟਫਾਰਮਸ ਵੀ ਆ ਜਾਂਦੇ ਆ, ਐਡਵਰਟਾਈਜ਼ਮੈਂਟਸ ਵੀ ਆ ਜਾਂਦੀਆਂ, ਲੋਕ ਵੀ ਆ ਜਾਂਦੇ ਨੇ ਜਿਹਦੇ ਵਿੱਚ ਵੱਡੀਆਂ ਸੈਲੀਬ੍ਰਿਟੀਜ਼ ਆ ਜਾਂਦੀਆਂ, ਅਤੇ ਹੁਣ ਮੈਂ ਜਿਹੜੀ ਗੱਲ ਕਰਨ ਲੱਗਿਆ ਢੱਡਰੀਆਂ ਵਾਲੇ ਵਰਗੇ ਵਲੋਗਰ ਵੀ ਆ ਜਾਂਦੇ ਆ। ਢੱਡਰੀਆਂ ਵਾਲੇ ਦੀ ਉਹ ਕਲਿੱਪ ਜੇ ਕਿਤੇ ਮੈਨੂੰ ਲੱਭੀ ਤਾਂ ਮੈਂ ਤੁਹਾਨੂੰ ਵੈਸੇ ਸ਼ੇਅਰ ਕਰ ਦਿਆਂਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹਦੇ ਵਿੱਚ ਇਹ ਗੱਲ ਨੂੰ ਪ੍ਰਮੋਟ ਕਰ ਰਿਹਾ ਕਿ ਉਹ ਲੋਕ ਜਿਹੜੇ ਨੇ ਜਿਹੜੇ ਗੇ ਹੁੰਦੇ ਆ, ਜਿਹੜੇ ਲੈਸਬੀਅਨ ਹੁੰਦੇ, ਕੁਦਰਤੀ ਹੈ ਇਹ, ਇਹ ਤੋਂ ਜਿਹੜਾ ਹੈ ਮੁੱਖ ਨਹੀਂ ਮੋੜਨਾ ਚਾਹੀਦਾ, ਯਾਨੀ ਕਿ ਇਹਨੂੰ ਐਕਸੈਪਟ ਕਰਨਾ ਚਾਹੀਦਾ, ਇਹ ਢੱਡਰੀਆਂ ਵਾਲੇ ਕਹਿੰਦੇ ਆ। ਅਤੇ ਇਹੀ ਗੱਲ ਜਿਹੜੀ ਹੈ ਉਹ ਡੀਪਾਪੂਲੇਸ਼ਨ ਦਾ ਏਜੰਡਾ, ਨਿਊ ਵਰਲਡ ਆਰਡਰ ਦਾ ਏਜੰਡਾ ਕਹਿੰਦਾ। ਹੁਣ ਢੱਡਰੀਆਂ ਵਾਲੇ ਦੀਆਂ ਤਾਰਾਂ ਕਿੱਥੇ ਜੁੜਦੀਆਂ ਇਹ ਤੁਸੀਂ ਹੁਣ ਆਪ ਸਮਝਣਾ। ਦੂਜੀ ਤੁਹਾਨੂੰ ਮੈਂ ਉਦਾਹਰਨ ਦਿੰਦਾ ਕਿ ਇਹ ਸਾਰੇ ਇੱਕ ਕਿਵੇਂ ਨੇ। ਤੁਸੀਂ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ 'ਤੇ ਫਿਲਮਾਂ ਜ਼ਰੂਰ ਦੇਖਦੇ ਹੋਵੋਗੇ, ਅਤੇ ਮੇਰੇ ਕਹਿਣ ਤੋਂ ਬਾਅਦ ਜਾਂ ਫਿਰ ਜੋ ਮੈਂ ਕਹਿ ਰਿਹਾ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਇਹ ਗੱਲਾਂ ਨੋਟ ਕਰਿਓ ਕਿ ਤੁਸੀਂ OTT ਪਲੇਟਫਾਰਮ ਨੈੱਟਫਲਿਕਸ, ਐਮਾਜ਼ੋਨ ਦੇ ਉੱਤੇ ਹੁਣ ਤੱਕ ਕਿੰਨੀਆਂ ਫਿਲਮਾਂ ਦੇਖ ਚੁੱਕੇ ਹੋ ਜਿਹਦੇ ਵਿੱਚ ਜਿਹੜੀਆਂ ਬਾਲੀਵੁੱਡ ਦੀਆਂ ਹਿੰਦੀ ਫਿਲਮਾਂ ਨੇ ਉਹਦੇ ਵਿੱਚ ਜਿਹੜਾ LGBT ਹੈ, ਯਾਨੀ ਕਿ ਗੇ ਬਣਾਉਣਾ ਜਾਂ ਫਿਰ ਲੈਸਬੀਅਨ ਜਿਹੜਾ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਪੇਸ਼ ਕਰਨਾ, ਇਹਦੇ ਉੱਤੇ ਆਧਾਰਿਤ ਕਿੰਨੀਆਂ ਕੁ ਫਿਲਮਾਂ ਤੁਸੀਂ ਦੇਖ ਚੁੱਕੇ ਹੋ। ਅਣਗਿਣਤ ਫਿਲਮਾਂ ਬਣ ਰਹੀਆਂ ਇਹਦੇ ਉੱਤੇ, ਅਣਗਿਣਤ ਫਿਲਮਾਂ। ਇਹ ਸਾਰਾ ਜਿਹੜਾ ਚੱਲਿਆ ਹੋਇਆ ਏਜੰਡਾ ਹੈ ਇਹ ਉਹਦਾ ਹਿੱਸਾ ਹੈ, ਨੈੱਟਫਲਿਕਸ 'ਤੇ ਵੀ ਅਤੇ ਦੂਜੀ 'ਤੇ ਵੀ। ਆ ਇੱਕ ਮੈਂ ਹੁਣੇ ਦੇਖ ਕੇ ਹਟਿਆ ਫਿਲਮ, ਮੈਂ ਪਲੇਨ ਦੇ ਵਿੱਚ ਸੀ ਅਤੇ ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀਗਾ ਅਤੇ ਮੈਂ ਫਿਲਮ ਸ਼ੁਰੂ ਕਰ ਲਈ। ਉਹ ਫਿਲਮ ਜਦੋਂ ਸ਼ੁਰੂ ਕੀਤੀ ਤਾਂ ਲੱਗੀ ਠੀਕ ਹੈ ਵੀ ਚਲੋ ਸਟੋਰੀ ਹਾਸੇ ਖੇਡੇ ਵਾਲੀ, ਟਾਈਮ ਪਾਸ ਹੋ ਜੂਗਾ। ਸੋ ਉਹਦਾ ਨਾਂ ਸੀਗਾ ਵਧਾਈ 2। ਹੁਣ ਇਹ ਨਹੀਂ ਕਿ ਉਹ ਫਿਲਮ ਦੇਖਣ ਲੱਗ ਪਓ, ਮੈਂ ਨਹੀਂ ਪ੍ਰਮੋਟ ਨਹੀਂ ਕਰਦਾ ਉਹਨੂੰ, ਵਧਾਈ 2। ਇੱਦਾਂ ਦੀਆਂ ਹੋਰ ਫਿਲਮਾਂ ਬਹੁਤ ਨੇ। ਅਤੇ ਉਹ ਫਿਲਮ ਦੇ ਵਿੱਚ ਕੀ ਕੀਤਾ ਗਿਆ, ਜਿਹੜਾ ਐਕਟਰ ਮੇਨ ਐਕਟਰ ਹੈ, ਹੀਰੋ ਹੁੰਦਾ ਜਿੱਦਾਂ ਫਿਲਮ ਦਾ, ਸੋ ਉਹ ਪੁਲਿਸ ਵਾਲਾ ਵੀ ਬਣਾਇਆ, ਬੜਾ ਹੱਟਾ ਕੱਟਾ ਨੌਜਵਾਨ ਬਣਾਇਆ। ਅਤੇ ਉਹ ਅਖੀਰ ਐਂਡ 'ਤੇ, ਮਾਫ ਕਰਨਾ, ਅੱਧ ਦੇ ਵਿੱਚ ਜਾ ਕੇ ਪਤਾ ਲੱਗਦਾ ਜਦੋਂ ਆਪਣੀ ਇੱਕ ਲੜਕੀ ਨੂੰ ਉਹ ਕਹਿੰਦਾ ਕਿ ਮੈਂ ਜਿਹੜਾ ਉਹ ਗੇ ਹਾਂ, ਅਤੇ ਅੱਗੋਂ ਕੁੜੀ ਕੀ ਕਹਿੰਦੀ ਹੈ ਕਿ ਮੈਨੂੰ ਵੀ ਮੁੰਡਿਆਂ ਦੇ ਵਿੱਚ ਇੰਟਰਸਟ ਨਹੀਂ ਹੈਗਾ। ਫਿਰ ਕਹਿੰਦੇ ਕਿ ਅਸੀਂ ਝੂਠਾ ਮੁੱਠਾ ਸੰਸਾਰ ਨੂੰ ਦਿਖਾਉਣ ਲਈ ਵਿਆਹ ਕਰ ਲੈਂਦੇ ਹਾਂ। ਫਿਰ ਉਹ ਵਿਆਹ ਕਰ ਲੈਂਦੇ ਆ, ਅਤੇ ਫਿਰ ਜਦੋਂ ਘਰ ਦੇ ਕਹਿੰਦੇ ਨੇ ਕਿ ਬੱਚਾ ਕਿਉਂ ਨਹੀਂ ਹੁੰਦਾ ਪਿਆ ਜਾਂ ਇੱਦਾਂ ਇੱਦਾਂ ਦੀਆਂ ਗੱਲਾਂ ਜਦੋਂ ਚੱਲਦੀਆਂ, ਤਾਂ ਫਿਰ ਉਹਨਾਂ ਦਾ ਰਾਜ ਖੁੱਲਦਾ। ਫਿਰ ਘਰ ਦੇ ਨਾਰਾਜ਼ ਹੁੰਦੇ ਨੇ ਕਿ ਤੁਸੀਂ ਇੱਦਾਂ ਸੀ, ਤੁਸੀਂ ਇੱਦਾਂ ਸੀ, ਤੁਸੀਂ ਸਾਨੂੰ ਦੱਸਿਆ ਨਹੀਂ, ਸਾਰੀ ਜ਼ਿੰਦਗੀ ਬੇਵਕੂਫ ਬਣਾਇਆ। ਫਿਰ ਐਂਡ ਇੱਥੇ ਆ ਕੇ ਮੁੱਕਦਾ ਕਿ ਘਰ ਦੇ ਜਿਹੜੇ ਨੇ ਉਹਨਾਂ ਨੂੰ ਆਜ਼ਾਦੀ ਦਿੰਦੇ ਆ, ਉਹਨਾਂ ਦੇ ਨਾਲ ਸਟੈਂਡ ਕਰਦੇ ਨੇ ਕਿ ਜੇ ਤੂੰ ਗੇ ਹੈ ਤਾਂ ਇਹਦੇ ਵਿੱਚ ਬਹੁਤ ਗਰਵ ਵਾਲੀ ਗੱਲ ਹੈ। ਕੁੜੀ ਦੇ ਘਰ ਦੇ ਕਹਿੰਦੇ ਨੇ ਕਿ ਜੇ ਤੂੰ ਲੈਸਬੀਅਨ ਹੈ ਤਾਂ ਤੇਰੇ ਲਈ ਵੀ ਬਹੁਤ ਗਰਵ ਵਾਲੀ ਗੱਲ ਹੈ। ਅਤੇ ਅਖੀਰ ਦੇ ਵਿੱਚ ਮਤਲਬ ਕਿ ਇਹ ਸਿੱਟਾ ਕੱਢਿਆ ਜਾਂਦਾ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਪ੍ਰਮੋਟ ਕਰੋ, ਇਹਨਾਂ ਨੂੰ ਐਪਰੀਸ਼ੀਏਟ ਕਰੋ, ਇਹਨਾਂ ਨੂੰ ਦੁਰਕਾਰੋ ਨਾ। ਪਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਨੈਚੁਰਲ ਇਹ ਚੀਜ਼ਾਂ ਜਿਹੜੀਆਂ ਨੇ ਹੁੰਦੀਆਂ ਨੇ, 1-2% ਲੋਕ ਜਿਹੜੇ ਨੇ ਦੁਨੀਆ 'ਚ ਨੈਚੁਰਲ ਹੈਗੇ ਨੇ ਜਿਹੜੇ ਕਰਦੇ ਨੇ, ਪਰ ਇਹਨੂੰ ਜਦੋਂ ਵੜਾਵਾ ਦਿੱਤਾ ਜਾਂਦਾ, ਜਦੋਂ ਉਹਨੂੰ ਐਪਰੀਸ਼ੀਏਟ ਕੀਤਾ ਜਾਂਦਾ ਲੋਕਾਂ ਦੇ ਵਿੱਚ, ਤਾਂ ਫਿਰ ਉਹਦਾ ਨਤੀਜਾ ਅੱਜ ਟਿਕਟੋਕ, ਇੰਸਟਾ ਰੀਲਾਂ ਦੇ ਵਿੱਚ ਤੁਸੀਂ ਦੇਖਦੇ ਹੋ। ਜਦੋਂ ਪੰਜਾਬੀ ਮੁੰਡੇ ਕੁੜੀਆਂ ਜਿਹੜੇ ਨੇ ਉਹ ਇਹੋ ਜਿਹੇ ਲੱਛਣ ਕਰਦੇ ਨੇ, ਤੁਸੀਂ ਆਮ ਦੇਖੇ ਹੋਣੇ ਆ, ਬਹੁਤ ਸਾਰੇ ਨੇ ਨਾ। ਕੋਈ ਕੋਈ ਇੱਥੋਂ ਤੱਕ ਇੱਕ ਮੁੰਡੇ ਨੇ ਪਟਕਾ ਬੰਨਿਆ ਹੋਇਆ ਸਿਰ 'ਤੇ, ਜੂੜੀ ਕੀਤੀ ਹੋਈ ਹੈ, ਅਤੇ ਉਹ ਜਿਹੜਾ ਕੁੜੀਆਂ ਵਾਲੀਆਂ ਹਰਕਤਾਂ ਕਰ ਰਿਹਾ। ਕਈ ਕੁੜੀਆਂ ਜਿਹੜੀਆਂ ਨੇ ਮੁੰਡੇ ਵਾਲੀਆਂ ਹਰਕਤਾਂ ਕਰ ਰਹੀਆਂ, ਮੁੰਡੇ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੇ। ਸੋ ਇਹ ਅੱਜ ਇਹਨੂੰ ਪ੍ਰਮੋਟ ਕੀਤਾ ਜਾ ਰਿਹਾ, ਇਹਨੂੰ ਕਿਹਾ ਜਾ ਰਿਹਾ ਕਿ ਤੁਸੀਂ ਜੇ ਇੱਦਾਂ ਦੇ ਹੈਗੇ ਹੋ ਤਾਂ ਤੁਸੀਂ ਬਣੋ, ਤੁਸੀਂ ਇੱਦਾਂ ਦੇ ਬਣੋ, ਇਹ ਤੁਹਾਨੂੰ ਕੀਤਾ ਜਾ ਰਿਹਾ। ਮੇਰਾ ਥੋੜ੍ਹਾ ਟੌਪਿਕ ਢੱਡਰੀਆਂ ਵਾਲੇ ਤੋਂ ਹਟ ਕੇ ਇੱਧਰ ਨੂੰ ਜਾ ਰਿਹਾ, ਮੈਂ ਜੋੜਨਾ ਲਿਆ ਕੇ ਉੱਥੇ ਹੀ ਆ ਵੀ ਢੱਡਰੀਆਂ ਵਾਲਾ ਵੀ ਇਸ ਚੀਜ਼ ਦਾ ਹਿੱਸਾ ਬਣ ਰਿਹਾ। ਸੋ ਉਹ ਜਿਹੜੀਆਂ ਚੀਜ਼ਾਂ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੀਆਂ, ਕੁਦਰਤੀ ਹੋ ਸਕਦਾ ਕਿ ਕੋਈ ਗੇ ਹੋਵੇ, ਕੋਈ ਲੈਸਬੀਅਨ ਹੋਣ, ਪਰ ਅੱਜ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਇਹ ਕੰਟੈਂਟ ਪਰੋਸਿਆ ਜਾ ਰਿਹਾ। ਤੁਹਾਡੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਘਰ 'ਚ ਚੱਲ ਰਹੀਆਂ ਨੇ ਨਾ, ਨੈੱਟਫਲਿਕਸ 'ਤੇ, ਯੂਟਿਊਬ 'ਤੇ ਜਿਹੜੀਆਂ ਤੁਸੀਂ ਐਡਵਰਟਾਈਜ਼ਮੈਂਟ ਵੀਡੀਓ ਤੋਂ ਬਾਅਦ ਚੱਲਣ ਲੱਗ ਪੈਂਦੀਆਂ, ਉਹਦੇ ਵਿੱਚ ਤੁਸੀਂ ਦੇਖਿਓ। ਮੈਂ ਇਹ ਬੇਨਤੀ ਮਾਪਿਆਂ ਨੂੰ ਵੀ ਕਰ ਦਿੰਦਾ, ਵਿਦੇਸ਼ ਦੇ ਵਿੱਚ ਰਹਿੰਦਿਆਂ ਨੂੰ, ਖਾਸ ਤੌਰ 'ਤੇ ਪੰਜਾਬ 'ਚ ਅਜੇ ਅਣਖ ਬਾਕੀ ਹੈ, ਪੰਜਾਬ ਦੇ ਲੋਕਾਂ ਦੇ ਵਿੱਚ ਥੋੜ੍ਹੀ ਬਹੁਤੀ ਅਣਖ ਹੈਗੀ ਹੈ, ਵਿਦੇਸ਼ ਵਿੱਚ ਰਹਿੰਦੇ ਹਨ ਮਾਪਿਆਂ ਨੂੰ ਮੈਂ ਜ਼ਰੂਰੀ ਬੇਨਤੀ ਕਰ ਦਿੰਦਾ ਕਿ ਤੁਹਾਡੇ ਘਰਾਂ ਦੇ ਵਿੱਚ ਚੱਲਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਨੇ ਇੰਗਲਿਸ਼ ਚੈਨਲਾਂ ਦੇ ਉੱਤੇ, ਯੂਟਿਊਬ ਦੇ ਉੱਤੇ, ਨੈੱਟਫਲਿਕਸ ਜਾਂ ਦੂਜਿਆਂ 'ਤੇ, ਉਹ ਐਡਵਰਟਾਈਜ਼ਮੈਂਟ ਬੱਚਿਆਂ ਦੇ ਸਾਹਮਣੇ ਨਾ ਲਾਇਆ ਕਰੋ, ਕਿਉਂਕਿ ਅੱਜ ਕੱਲ੍ਹ ਜ਼ਿਆਦਾ ਐਡਵਰਟਾਈਜ਼ਮੈਂਟ ਦੇ ਵਿੱਚ ਗੇ ਅਤੇ ਲੈਸਬੀਅਨ
ਇਹ ਦੋ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਤੇ ਜਿਹੜੇ ਨੈਟਫਲਿਕਸ ਦਿਖਾਉਂਦੇ ਨੇ ਆਪਣੇ ਬੱਚਿਆਂ ਨੂੰ ਜਾਂ ਐਮਾਜ਼ਨ ਪ੍ਰਾਈਮ ਤੇ ਫਿਲਮਾਂ ਦਿਖਾਉਂਦੇ ਆ, ਉਹਦੇ ਵਿੱਚ ਇਹ ਭਰਪੂਰ ਮਾਤਰਾ ਦੇ ਵਿੱਚ ਫਿਲਮਾਂ ਸੁੱਟੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਇਹ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਪੰਜਾਬੀਆਂ ਨੂੰ ਦਿਖਾਇਆ ਜਾ ਰਿਹਾ। ਇੱਕ ਮੈਂ ਫਿਲਮ ਦੇਖੀ ਹੈ ਥੋੜ੍ਹੇ ਮੈਨੂੰ ਲੱਗਦਾ 1.5 ਸਾਲ ਪਹਿਲਾਂ ਨੈਟਫਲਿਕਸ 'ਤੇ ਸ਼ਾਇਦ, ਉਹਦੇ ਵਿੱਚ ਪੰਜਾਬੀ ਜਿਹੜਾ ਮੁੰਡਾ ਹੈ ਉਹਨੂੰ ਉਹ ਦਿਖਾਇਆ ਗਿਆ, ਕੁੜੀ ਨੂੰ ਵੀ ਇਸੇ ਤਰੀਕੇ ਦੇ ਨਾਲ ਹੀ ਦਿਖਾਇਆ ਜਾਂਦਾ। ਅਤੇ ਵੱਡੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਵੈਸੇ ਪਤਾ ਹੋਊਗਾ ਬਹੁਤ ਸਿਆਣੇ ਹੋ ਤੁਸੀਂ, ਕਿ ਵਿਦੇਸ਼ਾਂ ਦੇ ਵਿੱਚ ਬਾਹਰਲਿਆਂ ਮੁਲਕਾਂ ਦੇ ਵਿੱਚ ਸਕੂਲਾਂ 'ਚ ਜਿਹੜੀ ਪੜ੍ਹਾਈ ਕਰਾਈ ਜਾ ਰਹੀ ਹੈ ਛੋਟੇ ਛੋਟੇ ਬੱਚਿਆਂ ਨੂੰ, ਉਹਦੇ ਵਿੱਚ ਵੀ ਇਹ ਚੀਜ਼ ਸਿਖਾਈ ਜਾ ਰਹੀ ਹੈ ਬੱਚਿਆਂ ਨੂੰ ਕਿ ਤੁਹਾਡੀ ਮਰਜ਼ੀ ਹੈ। ਬੱਚਿਆਂ ਨੂੰ ਕੀ ਕਿਹਾ ਜਾ ਰਿਹਾ, ਜਿਹੜੇ ਛੋਟੇ ਛੋਟੇ ਬੱਚੇ ਨੇ 1 ਤੋਂ 5 ਸਾਲ ਦੇ, 6 ਸਾਲ 7 ਸਾਲ ਦੇ ਬੱਚੇ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਮੁੰਡਾ ਬਣ ਸਕਦੇ ਹੋ, ਆਪਣੀ ਮਰਜ਼ੀ ਦੇ ਨਾਲ ਕੁੜੀ ਬਣ ਸਕਦੇ ਹੋ, ਜਿੱਧਰ ਤੁਹਾਡਾ ਇੰਟਰਸਟ ਹੈ। ਸੋ ਰੱਬ ਨੇ ਜਿਹੜੇ ਔਰਗਨ ਜਾਂ ਫਿਰ ਜਿਹੜੇ ਅੰਗ ਤੁਹਾਨੂੰ ਦਿੱਤੇ ਆ, ਜਿਹੋ ਜਿਹੇ ਹਾਰਮੋਨ ਦਿੱਤੇ ਆ, ਉਹ ਠੀਕ ਹੈ, ਪਰ ਜਦੋਂ ਤੁਸੀਂ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਇਹ ਚੀਜ਼ਾਂ ਦੱਸੋਗੇ, ਕਹੋਗੇ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਤਾਂ ਫਿਰ ਉਹ ਬੱਚੇ ਜਿਹੜੇ ਨੇ ਇੱਧਰ ਆਕਰਸ਼ਿਤ ਹੋਣਗੇ। ਅਤੇ ਆਪਣੇ ਜੇਕਰ ਕੋਈ ਮੁੰਡਾ ਜੇ ਉਹਨੂੰ ਲੱਗਿਆ ਵੀ ਕਿਤੇ ਇੱਕ ਪੁਆਇੰਟ ਵੀ ਲੱਗਿਆ ਕਿ ਹੋ ਸਕਦਾ ਕਿ ਮੈਂ ਕੁੜੀ ਬਣ ਜਾਵਾਂ, ਤਾਂ ਉਹ ਉੱਧਰ ਆਪਣੇ ਆਪ ਨੂੰ ਜਿਹੜਾ ਹੈ ਫਿੱਟ ਕਰਨਾ ਸ਼ੁਰੂ ਕਰ ਦੂਗਾ, ਉਹਦੀ ਬਿਰਤੀ ਉਹ ਹੌਲੀ ਹੌਲੀ ਬਣਨ ਲੱਗ ਪੂਗੀ, ਮੁੰਡਾ ਫਿਰ ਕੁੜੀ ਬਣਦਾ ਜਾਊਗਾ। ਅਤੇ ਉਹਨੂੰ ਸਰਕਾਰ ਪ੍ਰੋਟੈਕਸ਼ਨ ਕਰੂਗੀ, ਕਿਉਂਕਿ ਲੀਗਲ ਅੱਜ ਕੱਲ੍ਹ ਸਭ ਕੁਝ ਹੋ ਚੁੱਕਿਆ, ਇਹ ਸਰਕਾਰਾਂ ਮਾਨਤਾ ਦਿੰਦੀਆਂ ਨੇ, ਲੈਸਬੀਅਨ ਗੇ ਮੈਰਿਜਸ ਹੋ ਰਹੀਆਂ, ਸੋ ਉਹਦੇ ਉਹਨੂੰ ਵੀ ਜਿਹੜਾ ਮਾਨਤਾ ਮਿਲ ਚੁੱਕੀ ਹੈ। ਸੋ ਇਸ ਤਰੀਕੇ ਦੇ ਨਾਲ ਤੁਹਾਡੇ ਬੱਚੇ ਜਿਹੜੇ ਨੇ ਉਹਨਾਂ ਨੂੰ ਕੀ ਪਰੋਸਿਆ ਜਾ ਰਿਹਾ ਸਕੂਲਾਂ ਦੇ ਵਿੱਚ, ਇਹਦੇ ਵੱਲ ਵੀ ਬਹੁਤ ਧਿਆਨ ਦਿਓ। ਅਤੇ ਇਹ ਇਹ ਜਿਹੜਾ ਸਾਰਾ ਪ੍ਰਮੋਟ ਕੀਤਾ ਜਾ ਰਿਹਾ ਬੜਾ ਵੱਡਾ ਏਜੰਡਾ। ਅੱਜ ਹਾਰਮੋਨ ਚੇਂਜ ਹੋ ਰਹੇ ਨੇ ਲੋਕਾਂ ਦੇ, ਮੁੰਡੇ ਕੁੜੀਆਂ, ਕੁੜੀਆਂ ਮੁੰਡੇ ਬਣਾਏ ਜਾ ਰਹੇ ਨੇ, ਲੈਸਬੀਅਨ ਗੇਜ਼ ਜਿਹੜੇ ਨੇ ਜ਼ਿਆਦਾ ਦਿਖਣ ਲੱਗੇ ਅੱਗੇ ਨਾਲੋਂ, ਉਹ ਗੈਰ ਕੁਦਰਤੀ। ਮੈਂ ਫਿਰ ਕਹਿੰਦਾ ਇਹ ਗੱਲ ਕਿ ਕੁਦਰਤੀ ਹੋ ਸਕਦਾ 1-2% ਹੋਣਗੇ ਲੋਕ, ਪਰ ਜ਼ਿਆਦਾ ਭਰਮਾਰ ਜਿਹੜੀ ਹੈ ਉਹ ਜਾਣ ਬੁੱਝ ਕੇ ਕੀਤੀ ਜਾ ਰਹੀ ਹੈ, ਤਾਂ ਕਿ ਡੀਪਾਪੂਲੇਸ਼ਨ ਅਤੇ ਨਿਊ ਵਰਲਡ ਆਰਡਰ ਦਾ ਏਜੰਡਾ, ਇਹਦੇ ਪਿੱਛੇ ਹੋਰ ਕਾਰਨ ਵੀ ਡੀਪਾਪੂਲੇਸ਼ਨ ਦੇ ਨਾਲ ਨਾਲ ਇਹ ਵੀ ਹੈ ਕਿ ਆਵਾਜ਼ ਉਠਾਉਣੀ ਦੁਨੀਆਂ ਦੇ ਲੋਕ ਬੰਦ ਕਰ ਦੇਣ, ਅਤੇ ਜੋ ਏਜੰਡੇ ਅਸੀਂ ਬਣਾਈਏ ਉਹਨਾਂ ਨੂੰ ਸਿਰ ਝੁਕਾ ਕੇ ਮੰਨ ਲਿਆ ਜਾਵੇ, ਜੋ ਏਜੰਡੇ ਅਸੀਂ ਬਣਾਈਏ ਉਹਨੂੰ ਸਿਰ ਝੁਕਾ ਕੇ ਮੰਨ ਲਿਆ ਜਾਵੇ। ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜੋ ਤੁਹਾਡੇ ਵਿੱਚ ਪਾਈਆਂ ਜਾ ਰਹੀਆਂ, ਕਿ ਜਦੋਂ ਲੋਕ ਮੁੰਡੇ ਗੇ ਬਣ ਗਏ, ਕੁੜੀਆਂ ਲੈਸਬੀਅਨ ਬਣ ਗਈਆਂ, ਅਣਖ ਨਹੀਂ ਰਹੂਗੀ। ਖਾਸ ਤੌਰ ਦੇ ਉੱਤੇ ਇਹਨਾਂ ਦਾ ਟਾਰਗੇਟ ਜਿਹੜਾ ਉਹ ਪੰਜਾਬੀ ਜਾਂ ਸਿੱਖ ਨੇ, ਜੋ ਹਰ ਗੱਲ ਦੇ ਵਿੱਚ ਅੜ ਜਾਂਦੇ ਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਏਗਾ। ਅਤੇ ਮੈਨੂੰ ਯਕੀਨ ਹੈ ਕਿ ਇਸ ਮਾਮਲੇ ਦੇ ਵਿੱਚ ਵੀ ਸਾਡੇ ਲੋਕ ਜਿਹੜੇ ਅੜਨਗੇ। ਅਤੇ ਤੁਹਾਡੇ ਬੱਚਿਆਂ ਨੂੰ ਸਕੂਲਾਂ 'ਚ ਕੀ ਪੜ੍ਹਾਇਆ ਜਾ ਰਿਹਾ ਇਹਦੇ ਵੱਲ ਖਾਸ ਖਿਆਲ ਰੱਖਿਓ। ਢੱਡਰੀਆਂ ਵਾਲਾ ਬਾਬਾ, ਉਹਨੇ ਇੱਕ ਵਾਰ ਇਹ ਦੀਵਾਨ ਦੇ ਵਿੱਚ ਗੱਲ ਕਰ ਦਿੱਤੀ ਹੈ ਕਿ ਇਹ ਕੁਦਰਤੀ ਹੈ, ਇਹਨੂੰ ਪ੍ਰਮੋਸ਼ਨ ਦੇ ਦਿੱਤੀ ਹੈ ਉਹਨੇ ਆਪਣੇ ਵੱਲੋਂ ਹਰੀ ਝੰਡੀ। ਅਤੇ ਜਿੱਦਾਂ ਦੀਆਂ ਹਰਕਤਾਂ 'ਤੇ ਢੱਡਰੀਆਂ ਵਾਲਾ ਅੱਜ ਕੱਲ੍ਹ ਉਤਰਿਆ ਹੋਇਆ, ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਵਹਿਣ ਦੇ ਵਿੱਚ ਬਹਿ ਜਾਏਗਾ ਅਤੇ ਇਸ ਦੀ ਪ੍ਰਮੋਸ਼ਨ ਕਰਿਆ ਕਰੂਗਾ, ਇਸ ਦੀ ਪ੍ਰਮੋਸ਼ਨ ਕਰਿਆ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ। ਸੋ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਇਹ ਕੋਈ ਪ੍ਰਚਾਰਕ ਜਾਂ ਫਿਰ ਇਸ ਤਰ੍ਹਾਂ ਦਾ ਨਹੀਂ ਹੈਗਾ ਇਹਨਾਂ ਦਾ ਸਿਸਟਮ, ਇਹ ਜੋ ਕਰ ਰਹੇ ਨੇ ਕਿਤੇ ਸ਼ਰਾਬ ਨੂੰ ਪ੍ਰਮੋਟ ਕੀਤਾ ਜਾ ਰਿਹਾ। ਅੱਜ ਤੱਕ ਕਿਹੜਾ ਸਿੱਖ ਕੌਮ ਦਾ ਪ੍ਰਚਾਰਕ ਹੈ ਜਿਹੜਾ ਲੰਘ ਕੇ ਵੀਡੀਓ ਜਿਹੜੀ ਬਣਾਉਂਦਿਆਂ ਹੋਇਆਂ ਸ਼ਰਾਬ ਦੀ ਪ੍ਰਮੋਸ਼ਨ ਕਰ ਰਿਹਾ, ਇੱਥੋਂ ਡਿਊਟੀ ਫਰੀ ਮਿਲਦੀ ਹੈ, ਇੱਥੋਂ ਆਹ ਮਿਲਦਾ ਹੈ। ਅੱਜ ਕੱਲ੍ਹ ਕਿਹੜਾ ਸਿੱਖ ਕੌਮ ਦਾ ਪ੍ਰਚਾਰਕ ਹੈ ਜਿਹੜਾ ਕਹਿੰਦਾ ਵੀ ਜਹਾਜ਼ ਦੇ ਵਿੱਚ ਬਹਿਣ ਲੱਗਿਆ ਤੁਸੀਂ ਨੀਂਦ ਦੀ ਗੋਲੀ ਖਾ ਲਓ, ਸਫ਼ਰ ਦਾ ਪਤਾ ਹੀ ਨਹੀਂ ਲੱਗਦਾ, ਨੀਂਦ ਦੀਆਂ ਗੋਲੀਆਂ ਡਿਪਰੈਸ਼ਨ ਦਾ ਘਰ ਹੈ। ਢੱਡਰੀਆਂ ਵਾਲੇ ਨੂੰ ਇਹਨਾਂ ਨਹੀਂ ਪਤਾ ਕਿਹੜੀ ਲੋਕਾਂ ਨੂੰ ਸਲਾਹ ਦੇ ਰਿਹਾ ਕਿਹੜਾ ਕੌਮ ਦਾ ਪ੍ਰਚਾਰਕ ਹੈ ਇਹ। ਨੀਂਦ ਦੀਆਂ ਗੋਲੀਆਂ ਤੁਹਾਨੂੰ ਆਦਤ ਬਣ ਜਾਂਦੀ ਹੈ, ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਹੋ। ਇਹ ਨਸ਼ਾ ਸਭ ਤੋਂ ਭੈੜਾ ਹੈ, ਕਿਸੇ ਸਰਚ ਕਰਕੇ ਦੇਖਿਓ ਨਸ਼ੇ ਨੀਂਦ ਵਾਲੀ ਗੋਲੀ ਬਾਰੇ। ਜਿੱਦਾਂ ਅਫੀਮ, ਚਿੱਟਾ ਜਾਂ ਹੋਰ ਨਸ਼ੇ ਨਹੀਂ ਛੁੱਟਦੇ ਨਾ, ਉੱਦਾਂ ਹੀ ਨੀਂਦ ਵਾਲੀ ਗੋਲੀ ਜਿਹੜੀ ਹੈ ਛੱਡਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਢੱਡਰੀਆਂ ਵਾਲਾ ਜੀ, ਮੈਨੂੰ ਲੱਗਦਾ ਕਿ ਤੁਸੀਂ ਇਹ ਸਾਰੇ ਕੰਮ ਆਪ ਆਪਣੇ 'ਤੇ ਲਾ ਲਏ ਹੋਏ ਆ ਜਿਹੜੀਆਂ ਚੀਜ਼ਾਂ ਤੁਸੀਂ ਪ੍ਰਮੋਟ ਕਰ ਰਹੇ ਹੋ, ਚਾਹੇ ਤੁਸੀਂ ਲੈਸਬੀਅਨ ਗੇਜ਼ ਜਿਹੜੇ ਨੇ ਉਹਨਾਂ ਨੂੰ ਪ੍ਰਮੋਟ ਕਰ ਰਹੇ ਹੋ। ਇਹ ਮੈਨੂੰ ਲੱਗਦਾ ਵੀ ਇਹ ਸਾਰਾ ਕੁਛ ਤੁਸੀਂ ਹੱਡੀ ਹੰਡਾ ਰਹੇ ਹੋ ਅਤੇ ਉਹਨੂੰ ਫਿਰ ਅੱਗੇ ਪ੍ਰਮੋਟ ਕਰ ਰਹੇ ਹੋ। ਸੋ ਅੱਜ ਕਿਉਂ ਕਹਿਣਾ ਪਿਆ, ਕਿਉਂਕਿ ਤੁਸੀਂ ਪਤਾ ਨਹੀਂ ਕਿਹੜੀਆਂ ਹਰਕਤਾਂ ਵਲੋਗਰਾਂ ਵਾਲੀਆਂ, ਵਲੋਗ ਬਣਾਓ ਆਪਣੇ, ਤੁਸੀਂ ਛੱਡੋ ਪ੍ਰਚਾਰਕ ਹੋਣ ਦਾ ਜਿਹੜਾ ਪਖੰਡ ਕਰਨਾ ਛੱਡੋ। ਵੈਸੇ ਆ ਜਿਹੜਾ ਲੈਸਬੀਅਨ ਗੇ ਵਾਲਾ ਮੈਂ ਤੁਹਾਨੂੰ ਦੱਸਿਆ ਨਾ, ਇਹਨਾਂ ਦੇ ਚੇਲੇ ਕਿਤੇ ਬਾਹਰਲੇ ਦੇਸ਼ ਦੇ ਵਿੱਚ ਵੀ ਹੈਗੇ ਨੇ, ਮੈਂ ਸਿੱਧਾ ਨਹੀਂ ਹਜੇ ਕਹਾਂਗਾ, ਉਹਨਾਂ ਦੇ ਉੱਤੇ ਵੀ ਐਲੀਗੇਸ਼ਨ ਲੱਗੇ ਆ ਕਿ ਉਹ ਬੱਚਿਆਂ ਦੇ ਨਾਲ ਬੱਚਿਆਂ ਨੂੰ ਅਬਿਊਜ਼ ਕਰਦੇ ਸੀ, ਬੱਚਿਆਂ ਦੇ ਨਾਲ ਜਿਹੜੀਆਂ ਸੈਕਸੁਅਲੀ ਜਿਹੜੀਆਂ ਹਰਕਤਾਂ ਐਕਟੀਵਿਟੀਜ਼ ਉਹ ਕਰਦੇ ਸੀਗੇ ਇਹਨਾਂ ਦੇ ਚੇਲੇ, ਆ ਜਿਹੜਾ ਹੁਣ ਇਹਦੇ ਕੋਲ ਪੰਜਾਬ ਹੋ ਕੇ ਗਿਆ, ਉਹ ਪੁੱਛ ਲਿਓ ਯੂਕੇ ਦੇ ਵਿੱਚ
ਉਹਦੇ ਉੱਤੇ ਵੀ ਇਲਜ਼ਾਮ ਲੱਗੇ ਨੇ, ਚਾਈਲਡ ਅਬਿਊਜ਼ ਜਿਹਨੂੰ ਕਹਿੰਦੇ ਨੇ ਜਾਂ ਸੈਕਸ਼ੂਅਲੀ, ਮੈਨੂੰ ਇਹਦਾ ਸਹੀ ਸ਼ਬਦ ਨਹੀਂ ਆ ਰਹੇ। ਸੋ ਇਹਨਾਂ ਦੇ ਚੇਲੇ ਨੇ ਉਹ ਜਿਹੜੇ ਇਹਨਾਂ ਕੋਲੋਂ ਸਿੱਖੇ ਹੋਏ ਆ, ਜੋ ਇਹਨਾਂ ਨੂੰ ਪ੍ਰਮੋਟ ਕਰਦੇ ਨੇ, ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਯੂਕੇ ਦੇ ਵਿੱਚ ਵੀ ਕਿ ਉਹ ਇਹ ਚੀਜ਼ਾਂ ਕਰਦੇ ਸੀ ਬੱਚਿਆਂ ਦੇ ਨਾਲ, ਮੁੰਡਿਆਂ ਦੇ ਨਾਲ ਉਹ ਕਰਦਾ ਸੀ ਜਾਂ ਉਹ ਸਾਰਾ ਕੁਛ ਹੈਗਾ। ਤੇ ਇਹੀ ਚੀਜ਼ਾਂ ਹੁਣ ਇਹ ਪ੍ਰਮੋਟ ਕਰ ਰਹੇ ਨੇ, ਤੇ ਕਿੱਧਰ ਨੂੰ ਲੈ ਕੇ ਜਾਣਗੇ, ਕਿਹੜੀ ਕੌਮ ਨੂੰ ਸੇਧ ਦੇ ਰਹੇ? ਜਿਹੜੀ ਜੁਝਾਰੂ ਅਣਖੀ ਲੜਾਕੂ ਕੌਮ ਸੀ, ਅੱਜ ਉਹਨਾਂ ਨੂੰ ਤੁਸੀਂ ਡਿਊਟੀ ਫ੍ਰੀ ਸ਼ਰਾਬਾਂ, ਨੀਂਦ ਦੀਆਂ ਗੋਲੀਆਂ, ਗੇ ਲੈਸਬੀਅਨ, ਇਹ ਚੀਜ਼ਾਂ ਕਰਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਕੌਮ ਦੇ ਪ੍ਰਚਾਰਕ ਹਾਂ, ਤੇ ਸ਼ਰਮ ਨਾਲ ਡੁੱਬ ਕੇ ਮਰ ਜਾਓ ਜਿਹੜੇ ਇਹ ਕਹਿੰਦੇ ਵੀ ਸਾਡੇ ਬਾਬਾ ਜੀ ਹੈ, ਸਾਡੇ ਭਾਈ ਸਾਹਿਬ ਹੈ, ਜਿਨ੍ਹਾਂ ਦੇ ਕਹਿਣ 'ਤੇ ਤੁਸੀਂ ਐਡੇ ਐਡੇ ਤੁਹਾਡੇ ਦਾੜੇ ਸੀ, ਚਲੋ ਸਾਡੇ ਤਾਂ ਹੈ ਨਹੀਂ ਹਜੇ, ਪਰ ਜੇ ਤੁਹਾਡੇ ਤਾਂ ਸੀਗੇ ਨਾ, ਇਸ ਭਾਈ ਸਾਹਿਬ ਦੇ ਕਹਿਣ 'ਤੇ ਤੁਸੀਂ ਆਪਣੇ ਦਾੜੇ ਕਟਾ ਲਏ, ਮੁੜ ਕੇ ਗੁੱਤਾਂ ਪਿੱਛੇ ਨੂੰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਹੋਰ ਬੜਾ ਕੁਛ ਤੁਸੀਂ ਕੀਤਾ, ਤੇ ਮੁੜ ਕੇ ਵਲੋਗ ਫਿਰ ਔਨਲਾਈਨ ਬਾਬੇ ਬਣ ਗਏ, ਬੜਾ ਕੁਛ ਤੁਸੀਂ ਕੀਤਾ, ਤੇ ਜਿਹੜੇ ਪ੍ਰਚਾਰਕ ਤੁਹਾਡੇ ਖਿਲਾਫ ਬੋਲਦੇ ਨੇ ਉਹਨਾਂ, ਉਹ ਜੇ ਤੁਹਾਡਾ ਕਲਿੱਪ ਯੂਜ਼ ਕਰ ਲੈਣ, ਤੁਸੀਂ ਕਾਪੀਰਾਈਟ ਮਾਰ ਦਿੰਦੇ ਹੋ, ਅਗਲਿਆਂ ਦਾ ਚੈਨਲ ਖਤਮ ਕਰਨ ਤੱਕ ਜਾਂਦੇ ਹੋ। ਸਰਦਾਰ ਪ੍ਰਭਦੀਪ ਸਿੰਘ ਹੋਰੀ ਉਹਨਾਂ ਨੇ ਇਹਦਾ ਬਹੁਤ ਭਾਂਡਾ ਭੰਨਿਆ ਇਹ ਟੱਟਰੀਆਂ ਵਾਲੇ ਦਾ, ਤੇ ਉਹਨਾਂ ਨੇ ਜਦੋਂ ਇਹਨਾਂ ਦੇ ਕਲਿੱਪ ਯੂਜ਼ ਕਰ ਲਏ ਤੇ ਉਹਨਾਂ ਦੇ ਚੈਨਲ ਦੇ ਉੱਤੇ ਕਾਪੀਰਾਈਟ ਸਟ੍ਰਾਈਕਾਂ ਜਿਹੜੀਆਂ ਹੈਗੀਆਂ ਉਹ ਕਰ ਦਿੱਤੀਆਂ ਗਈਆਂ। ਸੋ ਜਿਹੜਾ ਮਤਲਬ ਕਿ ਜਿੱਥੇ ਤੱਕ ਵਸ ਚੱਲਦਾ ਨਾ ਇਹਨਾਂ ਦਾ, ਉਹ ਕਰਦੇ ਆ ਪ੍ਰਚਾਰਕਾਂ ਵਾਲੀ ਕੋਈ ਗੱਲ ਨਹੀਂ। ਸੋ ਹੁਣ ਇਸ ਏਜੰਡੇ ਨੂੰ ਸਮਝਿਓ, ਮੈਨੂੰ ਲੱਗਦਾ ਕਿ ਇਸ ਵੀਡੀਓ ਦੇ ਵਿੱਚ ਮੈਂ ਕਾਫੀ ਕੁਛ ਦੱਸ ਦਿੱਤਾ, ਬੜੇ ਵੱਡੇ ਖੁਲਾਸੇ ਨੇ ਇਹ, ਇਹ ਬੜੀ ਰੂਹ ਕੰਬਾਊ ਜਿਹੜੀ ਹੈ ਜਾਣਕਾਰੀ ਹੈ। ਜੇਕਰ ਤੁਸੀਂ ਇਹਨੂੰ ਸਮਝੋ ਤੇ ਆਪਣੇ ਬੱਚਿਆਂ ਦਾ ਖਿਆਲ ਰੱਖੋ, ਇਹੋ ਜਿਹੇ ਪ੍ਰਚਾਰਕਾਂ ਕੋਲੋਂ ਦੂਰ ਰੱਖੋ, ਬੱਚੇ ਨੈੱਟਫਲਿਕਸ ਐਮਾਜ਼ੋਨ 'ਤੇ ਜਦੋਂ ਦੇਖਦੇ ਨੇ ਕੁਛ, ਉਹਨਾਂ ਦਾ ਖਿਆਲ ਰੱਖੋ, ਯੂਟਿਊਬ 'ਤੇ ਜਿਹੜੀਆਂ ਐਡਵਰਟਾਈਜ਼ ਚੱਲਦੀਆਂ ਉਹਦਾ ਖਿਆਲ ਰੱਖੋ, ਖਾਸ ਤੌਰ 'ਤੇ ਇਹੋ ਜਿਹੇ ਪ੍ਰਚਾਰਕਾਂ ਦਾ ਜ਼ਰੂਰ ਖਿਆਲ ਰੱਖੋ। ਬਹੁਤ ਧੰਨਵਾਦ, ਚੜ੍ਹਦੀ ਕਲਾ 'ਚ ਰਹੋ।